ਅੰਮ੍ਰਿਤਪਾਲ ਮਹਿਰੂ ਨਾਲ ਮੇਰੀ ਵੀ ਬਹੁਤ ਟਾਈਮ ਤੋਂ ਉਹਦੇ ਨਾਲ ਸਾਡੀ ਬੈਂਸ ਚੱਲਦੀ ਸੀ, ਲੜਾਈ ਚੱਲਦੀ, ਚਲੋ ਸਾਡੀ ਦੁਸ਼ਮਣੀ ਸੀਗੀ, ਪਰ ਅੱਜ ਉਹ ਬੰਦੇ 'ਤੇ ਮਾੜਾ ਟਾਈਮ ਆਇਆ ਹੈ ਨਾ, ਸਾਰੀ ਪੰਥ ਨੂੰ ਵੀ ਫਰਜ਼ ਉਹਦੇ ਨਾਲ ਖੜਨ ਦਾ, ਪਰ ਮਹਿਰੂ ਤੇਰੇ ਨਾਲ ਹਿੱਕ ਠੋਕ ਕੇ ਖੜੇ ਹਾਂ, ਜੇ ਤੂੰ ਚੰਗਾ ਕੰਮ ਕੀਤਾ ਹੈ ਨਾ ਤੇਰੇ ਨਾਲ ਤਾਂ ਖੜੇ ਹਾਂ, ਅਤੇ ਜਿੱਥੇ ਤੱਕ ਸਾਡੀ ਲੋੜ ਪਈ ਜਦੋਂ ਮਰਜ਼ੀ ਜਿੱਥੇ ਵੀ ਕੋਈ ਕੌਲ ਹੋਊਗੀ ਅਸੀਂ ਉੱਥੇ ਪਹੁੰਚਾਂਗੇ, ਤੇਰੇ ਨਾਲ ਡਟ ਕੇ ਖੜੇ ਹਾਂ। ਠੀਕ ਹੈ, ਤੂੰ ਬਹੁਤ ਵਧੀਆ ਕੰਮ ਕੀਤਾ। ਜਿਹੜੇ ਸਾਧ ਨੇ, ਪਖੰਡੀ ਲੋਕ ਨੇ, ਜਿਹੜੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਲੁੱਟ ਰਹੇ ਨੇ ਨਾ, ਇਹਨਾਂ ਨੂੰ ਸਬਕ ਹੁਣ ਸਿਖਾਵਾਂਗੇ, ਜ਼ਰੂਰ ਹੋਰਾਂ ਨੂੰ ਵੀ ਸਿਖਾਵਾਂਗੇ, ਪਰ ਜਿਹੜਾ ਅੱਜ ਤੇਰੇ 'ਤੇ ਵਕਤ ਪਈ ਹੈ, ਤੇਰੇ 'ਤੇ ਭੀੜ ਪਈ ਹੈ ਨਾ, ਤੇਰੇ ਨਾਲ ਹਿੱਕ ਠੋਕ ਕੇ ਖੜੇ ਹਾਂ, ਕੋਈ ਚਿੰਤਾ ਵਾਲੀ ਗੱਲ ਨਾ ਕਰੀ। ਠੀਕ ਹੈ, ਬਾਕੀ ਮੈਂ ਉੱਤੇ ਨੰਬਰ ਵੀ ਪਾ ਦੂੰ, ਜਦੋਂ ਮਰਜ਼ੀ ਫੋਨ ਕਰਦੀ, ਜਿੱਥੇ ਵੀ ਕੋਈ ਇਕੱਠ ਕਰਨ ਦੀ ਅਪੀਲ ਹੋਊਗੀ ਅਸੀਂ ਪਹਿਲਾਂ ਮੂਹਰੇ ਹੋ ਕੇ ਖੜਾਂਗੇ, ਕਿਉਂਕਿ ਜੋ ਤੂੰ ਕੀਤਾ ਹੈ ਨਾ ਉਹ ਬਹੁਤ ਚੰਗਾ ਕੀਤਾ ਯਾਰ, ਹੈ ਨਾ, ਤੂੰ ਆਪਣੀਆਂ ਧੀਆਂ ਲਈ ਕੀਤਾ, ਅਤੇ ਜੇ ਆਪਣੀ ਚਲੋ ਦੁਸ਼ਮਣੀ ਸੀ ਉਹ ਭੁੱਲ ਕੇ, ਪਰ ਤੇਰੇ ਨਾਲ ਖੜੇ ਅੱਜ ਅਸੀਂ ਇਸ ਘੜੀ 'ਚ, ਕਿਉਂਕਿ ਮੈਨੂੰ ਪਤਾ ਤੇਰੇ ਹੱਕ 'ਚ ਬਹੁਤ ਘੱਟ ਲੋਕ ਬੋਲ ਰਹੇ ਆ, ਪਰ ਅਸੀਂ ਤੇਰੇ ਨਾਲ ਡਟ ਕੇ ਖੜਾਂਗੇ, ਜਿੱਥੇ ਵੀ ਕੋਈ ਅਪੀਲ ਹੋਈ ਤੇਰੇ ਜਮ੍ਹਾਂ ਡਟ ਕੇ ਨਾਲ ਆ, ਚਿੰਤਾ ਨਾ ਕਰੀ ਕਿਸੇ ਗੱਲ ਦੀ, ਇੱਟ ਨਾ ਇੱਟ ਖੜਕਾ ਦਾਂਗੇ, ਦੇਖਦਾ ਜਾਈ ਇਹ। ਜੇ ਤੇਰੇ 'ਤੇ ਪਰਚਾ, ਮੈਂ ਕਹਿੰਦਾ ਨਾ, ਜੇ ਪ੍ਰਸ਼ਾਸਨ ਜਾਂ ਸਰਕਾਰ ਜੇ ਇਹਦੇ 'ਤੇ ਪਰਚਾ ਕਰਦੀ ਆ, ਭਾਵੇਂ ਜਿੰਨਿਆਂ 'ਤੇ ਮਰਜ਼ੀ ਪਰਚਾ ਕਰਦੇ, ਪਰ ਅਸੀਂ ਅੰਮ੍ਰਿਤਪਾਲ ਮਹਿਰੂ ਨਾਲ ਖੜੇ ਹਾਂ, ਹਿੱਕ ਠੋਕ ਕੇ ਖੜੇ ਹਾਂ ਨਾ, ਅਤੇ ਹੁਣ ਸੋਚ ਸਮਝ ਕੇ ਕਰਿਓ ਪਰਚਾ, ਕਿਉਂਕਿ ਪੰਜਾਬ ਦੇ ਨੌਜਵਾਨ ਆ ਜਿਹੜੇ ਉਹ ਹੁਣ ਉੱਠਣਗੇ, ਅਤੇ ਫਿਰ ਸਰਕਾਰ ਕਹੂਗੀ ਇਹ ਅੱਤਵਾਦੀ ਨੇ ਜਾਂ ਖਾਲਸਾ ਨਹੀਂ ਵੱਖਵਾਦੀ ਨੇ, ਫਿਰ ਸਰਕਾਰ ਹੋਰ ਗੱਲਾਂ ਕਰਨ ਲੱਗ ਜਾਂਦੀ ਹੈ, ਕਿਉਂਕਿ ਜੇ ਉਹ ਸੱਚਾਈ 'ਤੇ ਲੜਿਆ ਤਾਂ ਸਾਰੀ ਕੌਮ ਨੂੰ ਇਕੱਠੇ ਹੋਣਾ ਚਾਹੀਦਾ। ਅੱਜ ਕਿਸੇ ਦੀ ਦੁਸ਼ਮਣੀ ਆ ਉਹਦੇ ਨਾਲ, ਕਿਸੇ ਨਾਲ ਮੈਨੂੰ ਪਤਾ ਉਹਨਾਂ ਬਹੁਤਾਂ ਨਾਲ ਦੁਸ਼ਮਣੀ ਆ, ਪਰ ਅੱਜ ਇਕੱਠੇ ਹੋਣ ਦੀ ਲੋੜ ਆ, ਹੈ ਨਾ, ਅਤੇ ਅੱਜ ਸਾਡੇ ਜਥੇਦਾਰ ਪਤਾ ਨਹੀਂ ਕਿੱਥੇ ਬੈਠੇ ਨੇ, ਜਿਹੜੇ ਕੌਮ ਦੇ ਵੱਡੇ ਵੱਡੇ ਰਖਵਾਲੇ ਨੇ ਉਹ ਪਤਾ ਨਹੀਂ ਕਿੱਥੇ ਨੇ, ਕਿਉਂਕਿ ਦੁਸ਼ਮਣੀਆਂ ਅਲੱਗ ਹੋ ਸਕਦੀਆਂ ਆਪਣੀਆਂ, ਹੈ ਨਾ, ਦੁਸ਼ਮਣੀਆਂ ਆਪਣੀ ਜਗ੍ਹਾ ਨੇ, ਪਰ ਜਿੱਥੇ ਕੋਈ ਚੰਗਾ ਹੁੰਦਾ ਨਾ ਤਾਂ ਹਿੱਕ ਠੋਕ ਕੇ ਖੜਨਾ ਚਾਹੀਦਾ। ਜੇ ਦਿੱਲੀ ਦੀ ਹਕੂਮਤ ਆਪਣੇ ਉਲਟ ਚੱਲਦੀ ਆ ਤਾਂ ਆਪਣੇ ਭਰਾਵਾਂ ਦੇ ਨਾਲ ਖੜਨਾ ਆਪਣਾ ਫਰਜ਼ ਆ, ਦੁਸ਼ਮਣੀਆਂ ਤਾਂ ਸਦਾ ਚੱਲਦੀਆਂ ਰਹਿਣੀਆਂ ਨੇ, ਪਰ ਜੇ ਅੱਜ ਚੰਗਾ ਕੀਤਾ ਤਾਂ ਪਰ ਹਿੱਕ ਠੋਕ ਕੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਉਹਦੇ ਨਾਲ ਖੜ ਜਾਓ, ਜੇ ਅੱਜ ਨਾ ਖੜੇ ਨਾ ਫਿਰ ਕਿਸੇ ਨੇ ਬੋਲਣ ਜੋਗਾ ਨਹੀਂ ਰਹਿਣਾ, ਕਿਉਂਕਿ ਧੀਆਂ ਭੈਣਾਂ ਦੀ ਇੱਜ਼ਤ, ਪਹਿਲਾਂ ਸਰਸੇ ਵਾਲੇ ਬਾਬੇ ਨੇ ਦੇਖੋ ਕਿੰਨਾ ਘਾਣ ਕੀਤਾ ਸਾਡੀ ਸਿੱਖੀ ਦਾ, ਹੈ ਨਾ, ਫਿਰ ਹੋਰ ਜਿੰਨੇ ਇਹ ਦੱਲੇ ਬਾਬੇ ਨੇ ਇਹਨਾਂ ਨੇ ਘਾਣ ਕੀਤਾ ਪੰਜਾਬ ਦੀ ਨੌਜਵਾਨੀ ਦਾ, ਚਾਹੇ ਧੀਆਂ ਦੀ ਪੱਤ ਲੁੱਟੀ, ਹੈ ਨਾ, ਅੱਜ ਪਰ ਲੋੜ ਹੈ ਵੀ ਇੱਕ ਥਾਂ ਆਪਾਂ ਨੂੰ ਸਟੈਂਡ ਕਰਨ ਦੀ, ਹੈ ਨਾ, ਜੇ ਅੱਜ ਇੱਕ ਜੇ ਇਹ ਬਾਬਾ ਆਪਾਂ ਤੋਂ ਨਾ ਦੇਵਿਆ ਤਾਂ ਪੰਜ ਬਾਬੇ ਯਾਦ ਰੱਖਿਓ ਮੇਰੀ ਗੱਲ ਹੋਰ ਪੈਦਾ ਹੋਣਗੇ, ਜੇ ਅੱਜ ਨਾ ਅੰਮ੍ਰਿਤਪਾਲ ਮਹਿਰੂ ਨਾ ਖੜੇ ਤਾਂ ਇਹ ਪੰਜ ਸਾਧ ਹੋਰ ਖੜੇ ਹੋਣਗੇ ਵੀ ਸਾਡਾ ਕੀ ਕਰ ਲਿਆ, ਕਿਉਂਕਿ ਸਰਕਾਰ ਪ੍ਰਸ਼ਾਸਨ ਪੁਲਿਸ ਸਭ ਇਹਦੇ ਨਾਲ ਹੈ ਬਾਬੇ ਦੇ, ਪਰ ਜੇ ਮਹਿਰੂ 'ਤੇ ਹੁਣ ਪਰਚਾ ਹੋਇਆ ਤਾਂ ਸਰਕਾਰ ਵੀ ਸੋਚ ਲਏ, ਠੀਕ ਹੈ, ਕਿਉਂਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਪਹਿਲਾਂ ਵੀ ਸਾਥ ਦਿੱਤਾ ਅਤੇ ਭਾਈ ਅੰਮ੍ਰਿਤਪਾਲ ਮਹਿਰੂ ਦਾ ਵੀ ਸਾਥ ਦੇਵਾਂਗੇ, ਸਾਡੇ ਸਾਰੇ ਨੌਜਵਾਨ, ਸਾਡੀ ਸਾਰੀ ਟੀਮ ਗੋਰੇ ਬਾਬੇ ਵਰਗੇ ਜਿੰਨੇ ਵੀ ਸਾਡੀ ਜਥੇਬੰਦੀ ਦੇ ਨਾਲ ਨਿਹੰਗ ਸਿੰਘ ਨੇ ਜਾਂ ਹੋਰ ਵੀ ਸਾਡੇ ਨੌਜਵਾਨ ਨੇ ਉਹ ਤਿਆਰ ਪਰ ਤਿਆਰ ਨੇ, ਜਿੱਥੇ ਵੀ ਕੌਲ ਹੋਊ ਉੱਥੇ ਜਾਵਾਂਗੇ, ਸਾਡੀ ਹੋਰ ਵੀ ਜਥੇਬੰਦੀਆਂ ਨਾਲ ਗੱਲ ਹੋਈ ਆ ਸਾਰੇ।